ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਰੋਇਲ ਕਲੈਕਸ਼ਨ ਐਂਡ ਬੁਟੀਕ ਰਾਜਪੈਸ ਤੁਹਾਡਾ ਸਭ ਦਾ ਬਹੁਤ ਬਹੁਤ ਸਵਾਗਤ ਹੈ ਜੀ। ਸੇਲ ਵਾਲੀਆਂ ਵੀਡੀਓ ਨੂੰ ਬਹੁਤ ਸਾਰਾ ਪਿਆਰ ਦੇਣ ਲਈ ਪਹਿਲਾਂ ਤਾਂ ਸਭ ਦਾ ਬਹੁਤ ਬਹੁਤ ਧੰਨਵਾਦ। ਅਤੇ ਸੂਟ ਸਭ ਨੂੰ ਪਸੰਦ ਵੀ ਆਉਂਦੇ ਨੇ, ਜਿਹੜਾ ਕੋਈ ਸ਼ੋਪ 'ਤੇ ਵੀ ਆਉਂਦਾ। ਵੈਸੇ ਸ਼ੋਪ 'ਚ ਅਸੀਂ ਬਹੁਤ ਘੱਟ ਦਿਖਾਉਂਦੇ ਹਾਂ ਕਿਉਂਕਿ ਸਾਡੇ ਕੋਲ ਟਾਈਮ ਨਹੀਂ ਹੁੰਦਾ ਜੀ, ਪੈਕਿੰਗ ਵੀ ਕਰਨੀ ਹੁੰਦੀ ਅਸੀਂ ਅਤੇ ਬੁਕਿੰਗ ਵੀ ਲੈਣੀ ਹੁੰਦੀ ਆ। ਔਨਲਾਈਨ ਹੀ ਸਾਡੀ ਸੇਲ ਹੈ ਇਹ ਵਾਲੀ, ਮੈਂ ਵੀਡੀਓ 'ਚ ਪਹਿਲਾਂ ਦੱਸ ਦਵਾਂ। ਅਤੇ ਬਾਕੀ ਅੱਜ ਜਿਹੜੇ ਅਸੀਂ ਤੁਹਾਡੇ ਵਾਸਤੇ ਸੂਟ ਲੈ ਕੇ ਆਏ ਹਾਂ ਇਹ ਹੈਗੇ ਨੇ ਜੀ ਸਾਹਿਬਾ ਬ੍ਰੈਂਡ ਦੇ, ਬਹੁਤ ਪਿਆਰੇ ਸੂਟ ਨੇ, ਪਿਓਰ ਕੋਟਨ ਦੇ। 2500 ਵਾਲਾ ਸੂਟ ਅਸੀਂ ਤੁਹਾਨੂੰ 1500 'ਚ ਦੇਵਾਂਗੇ। ਅੱਜ ਦੀ ਵੀਡੀਓ ਸਾਰੀ ਹੀ 1500 ਦੀ ਰਹੇਗੀ, ਸ਼ਿਪਿੰਗ ਚਾਰਜਸ ਅਲੱਗ ਤੋਂ ਰਹਿਣਗੇ। ਸ਼ਿਪਿੰਗ ਚਾਰਜਸ ਮੈਂ ਤਾਂ ਲੈਂਦੀ ਹਾਂ ਜੀ ਕਿਉਂਕਿ ਇਹਨਾਂ 'ਚ ਕੱਢਣ ਪਾਉਣ ਵਾਸਤੇ ਕੁਛ ਨਹੀਂ, ਜਸਟ ਇੱਕ ਸੇਲ ਕਿਹਾ ਹੋਇਆ ਤੁਹਾਨੂੰ 5 ਦਿਨ ਦੀ, ਤਾਂ ਸਭ ਨੂੰ ਵੇਟ ਰਹਿੰਦੀ ਆ। ਕੱਲ੍ਹ ਮੈਂ ਵੀਡੀਓ ਪਾਉਣ 'ਚ 2 ਘੰਟੇ ਲੇਟ ਹੋ ਗਈ ਸੀ, ਬਾਹਰ ਗਏ ਹੋਏ ਸੀ ਕਿਤੇ, ਅਤੇ ਤਾਂ ਵੀ ਮਤਲਬ ਇੰਨੇ ਕੁ ਮੈਸੇਜ ਆਏ ਤੁਸੀਂ ਵੀਡੀਓ ਨਹੀਂ ਪਾਈ, ਬਹੁਤ ਸਾਰੀ ਵੇਟ ਕਰ ਰਹੇ ਤੁਸੀਂ ਸਾਰੇ ਜਣੇ, ਸਭ ਦਾ ਥੈਂਕ ਯੂ। ਅੱਜ ਤੁਹਾਡੇ ਵਾਸਤੇ ਅਸੀਂ ਬਹੁਤ ਸੋਹਣੀ ਕਲੈਕਸ਼ਨ ਲੈ ਕੇ ਆਏ ਹਾਂ। ਨੰਬਰ ਤੁਹਾਨੂੰ ਸਭ ਨੂੰ ਪਤਾ ਹੀ ਆ ਜੀ, 8283828381 ਆਪਣਾ ਨੰਬਰ ਆ। ਇਸ 'ਤੇ ਤੁਸੀਂ ਜੋ ਵੀ ਸੂਟ ਤੁਹਾਨੂੰ ਪਸੰਦ ਆ ਉਸਦਾ ਸਕਰੀਨਸ਼ੋਟ ਲੈ ਕੇ ਪਿਕ ਸੈਂਡ ਕਰ ਦਿਉ। ਪੇਮੈਂਟ ਐਡਵਾਂਸ 'ਚ ਰਹਿੰਦੀ ਆ ਜੀ, ਅਤੇ ਫਿਰ ਆਪਣਾ ਐਡਰੈਸ ਸੈਂਡ ਕਰ ਦਿਉ, ਅਸੀਂ ਤੁਹਾਨੂੰ ਸੂਟ ਪਾਰਸਲ ਕਰਵਾ ਦਾਂਗੇ। ਇਹ ਹੈਗਾ ਜੀ ਪਿਓਰ ਕੋਟਨ ਦਾ ਸਟੱਫ, ਵਿਦਆਊਟ ਲਾਈਨਿੰਗ ਸੂਟ ਬਣਨਗੇ। ਸਟੱਫ ਬਹੁਤ ਪਿਆਰਾ, ਬਹੁਤ ਸੋਹਣਾ ਸਟੱਫ ਆ। ਇੱਥੇ ਬਣ ਜਾਏਗਾ ਆਪਣਾ ਨੈਕ, ਠੀਕ ਹੈ। ਸਾਰਾ ਹੀ ਸੂਟ ਜਿੱਦਾਂ ਇਹ ਦੇਖੋ, ਇਹ ਵਰਕ ਕੀਤਾ ਹੋਇਆ, ਇਸ 'ਤੇ ਪਰਲ ਵਰਕ ਹੈ ਅਤੇ ਲੇਸ ਵਰਕ ਆ, ਜਿਹੜਾ ਜਿੱਥੇ ਕਿਤੇ ਕਿਤੇ ਨਾ ਪ੍ਰਿੰਟ ਆ ਤੁਹਾਨੂੰ ਸਾਰੇ ਨੂੰ ਹਾਈਲਾਈਟ ਕੀਤਾ ਹੋਇਆ, ਬਹੁਤ ਸੋਹਣਾ ਜਿਹਾ ਪ੍ਰਿੰਟ ਆ। ਪਿਓਰ ਕੋਟਨ ਦਾ ਸਟੱਫ ਰਹੂਗਾ ਜੀ ਸਾਹਿਬਾ ਬ੍ਰੈਂਡ ਦਾ, 2500 ਵਾਲੇ ਸੂਟ ਨੇ ਇਹ, ਅਤੇ ਕੋਟਨ ਦਾ ਹੈਗਾ ਸੂ, ਇਹਦੇ ਨਾਲ ਦੁਪੱਟਾ। ਤੁਹਾਨੂੰ ਅੱਜ ਸਾਰੀ ਹੀ ਵੀਡੀਓ ਅਸੀਂ 1500 ਦੇ ਵਿੱਚ ਦੇਵਾਂਗੇ। ਮੇਨ ਹੁੰਦਾ ਸਟੱਫ ਵੀ ਤੁਹਾਨੂੰ ਉਹ ਵੈਸਟ ਹੋਵੇ, ਧੋਣ ਤੋਂ ਬਾਅਦ ਤੁਹਾਡਾ ਸਟੱਫ ਨਾ ਖਰਾਬ ਹੋਵੇ, ਜਾਂ ਫਿਰ ਤੁਸੀਂ ਪੈਸਾ ਲਗਾ ਰਹੇ ਹੋ, ਸਟਿਚਿੰਗ ਵੀ ਦੇ ਰਹੇ ਹੋ, ਤਾਂ ਬੰਦਾ ਮਨ ਨਾਲ ਸੂਟ ਨੂੰ ਹੰਢਾਵੇ। ਕੁਛ ਇੱਦਾਂ ਦੀ ਔਨਲਾਈਨ ਅਸੀਂ ਤੁਹਾਨੂੰ ਕਲੈਕਸ਼ਨ ਦਿੰਦੇ ਹਾਂ ਹਰ ਵਾਰ। ਇਹ ਵਾਲੀ ਆਏਗੀ ਜੀ ਇਹਦੀ ਡਿਜ਼ਾਇਨਿੰਗ ਬਣਨ ਤੋਂ ਬਾਅਦ, ਠੀਕ ਆ। ਇਹ ਹੈਗੇ ਨੇ ਸਾਹਿਬਾ ਬ੍ਰੈਂਡ ਦੇ, ਇਹਦੇ ਵਿੱਚ ਤੁਹਾਨੂੰ ਇੱਦਾਂ ਮਿਲ ਜਾਣਗੇ ਜੀ। ਫੋਟੋ ਵਿੱਚ ਮੈਂ ਤੁਹਾਨੂੰ ਡਿਜ਼ਾਇਨ ਦਿਖਾ ਦਿੰਦੀ ਹਾਂ, ਇਹਨਾਂ ਨੇ ਇਸ ਪੱਟੀ ਵਾਲੇ ਨੈਕ ਦੇ ਨਾਲ ਬਣਾਇਆ ਹੋਇਆ। ਤੁਹਾਡੀ ਚੋਇਸ ਆ ਤੁਸੀਂ ਸੂਟ ਕਿੱਦਾਂ ਬਣਾਉਣਾ, ਠੀਕ ਹੈ। ਇਹਦੇ ਨਾਲ ਦੁਪੱਟਾ ਆ ਗਿਆ, ਜੋ ਫੋਟੋ ਦੇ ਵਿੱਚ ਆ ਸੇਮ ਉਹੀ ਹੈ ਜੀ ਸੂਟ। ਨੈਕਸਟ ਵੀ ਬਹੁਤ ਸੋਹਣਾ ਸੂਟ ਆ, ਇੱਦਾਂ ਰਹੇਗੀ ਇਹਦੀ ਪ੍ਰਿੰਟਿੰਗ ਜੀ, ਠੀਕ ਹੈ। ਬਾਕੀ ਤੁਹਾਨੂੰ ਫੋਟੋ 'ਚ ਇਹਦੀ ਲੁੱਕ ਦਿਖਾ ਦਿੰਦੇ ਹਾਂ। ਇਹ ਹੈਗਾ ਦਾ ਦੁਪੱਟਾ, ਅਤੇ ਇਹ ਹੈਗੇ ਜੀ ਲੁੱਕ ਸੂਟ ਦੇ। ਸੇਮ ਦੇ ਵਿੱਚ ਸੈਕਿੰਡ ਕਲਰ ਆ, ਇਹਦੇ ਨਾਲ ਇਹ ਪਿੰਕ ਜਿਹਾ ਦੁਪੱਟਾ ਆ ਜਾਏਗਾ। ਬਹੁਤ ਪਿਆਰੇ ਪਿਆਰੇ ਡਿਜ਼ਾਈਨ ਨੇ ਇਹਨਾਂ ਸੂਟਾਂ ਦੇ, ਡਿਜੀਟਲ ਪ੍ਰਿੰਟਿੰਗ ਦੇ ਨਾਲ ਹਾਈਲਾਈਟ ਰਹਿਣਗੇ ਜੀ, ਕਲਰ ਪ੍ਰਿੰਟ ਵੀ ਬਹੁਤ ਸੋਹਣੇ ਆ। ਪ੍ਰਾਈਸ 1500 ਦਾ ਸੂਟ ਆ, ਪਿਓਰ ਕੋਟਨ ਦੇ, ਕੋਟਨ ਵੈਸਟ ਆ ਜੀ, ਬਹੁਤ ਸੋਹਣਾ ਸਟੱਫ ਆ। ਇਹ ਸੇਮ ਦੇ ਵਿੱਚ ਬਲੈਕ ਕਲਰ ਆ ਜਾਏਗਾ, ਠੀਕ ਆ ਜੀ। ਸਾਹਿਬਾ ਬ੍ਰੈਂਡ ਦੇ ਸੂਟ ਰਹਿਣਗੇ ਸਾਰੇ। ਨਵਾਂ ਡਿਜ਼ਾਇਨ ਦਿੰਦੇ ਹਾਂ ਤੁਹਾਨੂੰ,
ਸੇਮ ਹੀ ਪ੍ਰਿੰਟ ਸੋਰੀ ਸਟੱਫ ਦੇ ਵਿੱਚ ਪਿਓਰ ਕੋਟਨਾਂ 'ਤੇ ਰਹਿਣਗੇ। ਇੱਦਾਂ ਦੇ ਸੂਟ ਤੁਸੀਂ ਸੇਵ ਕਰਕੇ ਰੱਖ ਸਕਦੇ ਹੋ ਜਿਹੜੀ ਹੁਣ ਅੱਗੇ ਗਰਮੀ ਆਏਗੀ ਮੌਸਮ ਚੇਂਜ ਤੋਂ ਬਾਅਦ, ਜਾਂ ਫਿਰ ਹੁਣ ਜਿੱਦਾਂ ਅਦਰ ਕੰਟਰੀਜ਼ ਦੇ ਵਿੱਚ ਗਰਮੀ ਆ ਤਾਂ ਬਹੁਤ ਸੋਹਣੇ ਸੂਟ ਨੇ ਜੀ। ਸਟੱਫ ਬਹੁਤ ਜ਼ਿਆਦਾ ਫਾਈਨ ਆ, ਡਿਜੀਟਲ ਪ੍ਰਿੰਟਿੰਗ ਬਹੁਤ ਵਧੀਆ, ਸਭ ਤੋਂ ਬੈਸਟ ਆ। ਹਾਈਲਾਈਟ ਨੇ ਜੀ ਸਾਰੇ ਸੂਟ ਹੈਂਡ ਵਰਕ ਦੇ ਨਾਲ, ਪਿਓਰ ਕੋਟਨ ਅਤੇ ਦੁਪੱਟਾ ਵੀ ਤੁਹਾਨੂੰ ਸੋਫਟ ਕੋਟਨ ਦਾ ਹੀ ਮਿਲੇਗਾ, ਬਹੁਤ ਪਿਆਰਾ। ਲੁੱਕ ਦੇਖੋ ਸੂਟ ਦੀ ਔਰ ਕਲਰ ਕੰਟਰਾਸਟ ਦੇਖੋ। ਇਹਦੇ ਵਿੱਚ ਇਹ ਨੈਕਸਟ ਗ੍ਰੇ ਨੇਵੀ ਜਿਹਾ ਸ਼ੇਡ ਆ ਅਤੇ ਆਨੀਅਨ ਕਲਰ ਦਾ ਇਹਦਾ ਕੰਟਰਾਸਟ ਹੈ ਜੀ। ਨੈਕਸਟ ਤੁਹਾਨੂੰ ਡਿਜ਼ਾਇਨ ਮਿਲੇਗਾ, ਇਹ ਵੀ ਡਿਜ਼ਾਇਨ ਬਹੁਤ ਪਿਆਰਾ ਹੈ, ਇੱਦਾਂ ਖੁੱਲ੍ਹੇਗਾ। ਤੁਹਾਨੂੰ ਫੋਟੋ 'ਚ ਦਿਖਾ ਦਾਂਗੇ ਡਿਜ਼ਾਇਨਿੰਗ, ਕਿਉਂਕਿ ਬਹੁਤ ਸਾਰੇ ਸੂਟ ਆ ਜੇ ਇੱਕ ਇੱਕ ਸੂਟ ਖੋਲ੍ਹ ਕੇ ਦਿਖਾਉਣ ਲੱਗ ਜਾਂਦੇ ਹਾਂ ਤਾਂ ਕਾਫੀ ਟਾਈਮ ਲੱਗ ਜਾਏਗਾ। ਡਿਜ਼ਾਇਨ ਬਹੁਤ ਸੋਹਣੇ ਆ, ਸਟੱਫ ਤਾਂ ਤੁਹਾਨੂੰ ਪਸੰਦ ਆਏਗਾ ਸਾਰਿਆਂ ਨੂੰ। ਪਿਓਰ ਕੋਟਨ ਹੈ ਜੀ, ਇੱਦਾਂ ਦੇ ਸੂਟ ਇਹ ਸਾਰੇ ਕੋਈ 2700 ਕੋਈ 2800 'ਚ ਸੇਲ ਕਰਦਾ। ਜੇ ਅਸੀਂ ਵੀ ਸੇਲ ਨਾ ਲਗਾਈ ਵੀ ਹੁੰਦੀ ਤਾਂ 2500 ਵਾਲੇ ਸੂਟ ਸੀਗੇ ਸਾਰੇ। ਕਲਰ ਤੁਹਾਨੂੰ ਡਿਜ਼ਾਇਨ ਫੋਟੋ 'ਚ ਦਿਖਾਉਂਦੇ ਹਾਂ ਸਾਰਿਆਂ ਦਾ, ਜੋ ਫੋਟੋ 'ਚ ਡਿਜ਼ਾਇਨ ਆ ਸੇਮ ਉਹੀ ਹੋਏਗਾ ਜੀ। ਸੇਮ ਦੇ ਵਿੱਚ ਦੇਖੋ ਫਿਰੋਜ਼ੀ ਅਤੇ ਪੀਚ ਕਲਰ ਦਾ ਕੰਟਰਾਸਟ, ਠੀਕ ਹੈ ਜੀ। ਕੋਟਨ ਦੇ ਸੂਟਾਂ ਨੇ ਮੈਂ ਤਾਂ ਸੇਲ ਲਗਾਤੀ, ਇਹ ਮੈਂ ਬੁੱਕ ਕੀਤੇ ਸੀਗੇ ਨੈਕਸਟ ਈਅਰ ਵਾਸਤੇ, ਪਰ ਮੈਨੂੰ ਇੱਦਾਂ ਕਿ ਮੈਥੋਂ ਨਾ ਫੋਟੋਆਂ ਮੰਗ ਰਹੇ ਸੀਗੇ ਕੋਟਨ ਦੇ ਸੂਟਾਂ ਦੀਆਂ, ਮੈਂ ਕਿਹਾ ਚਲੋ ਸਾਰਿਆਂ ਵਾਸਤੇ ਹੀ ਸੇਲ ਲਗਾ ਦਿੰਦੇ ਹਾਂ। ਇਹਦੇ ਨਾਲ ਤੁਹਾਨੂੰ ਪਿਓਰ ਦਾ ਦੁਪੱਟਾ ਮਿਲੇਗਾ, ਪਿਓਰ ਸ਼ਫੋਨ ਦਾ ਲੰਮਾ ਚੌੜਾ ਜਿਹਾ ਦੁਪੱਟਾ, ਕਲਰ ਵੀ ਅਤੇ ਡਿਜ਼ਾਇਨ ਵੀ ਦੇਖਣ ਵਾਲੇ ਨੇ ਜੀ। ਦੇਖੋ ਡਿਜ਼ਾਇਨਿੰਗ ਬਹੁਤ ਪਿਆਰਾ ਡਿਜ਼ਾਇਨ ਆ, ਜਿੱਦਾਂ ਫੋਟੋ 'ਚ ਆ ਜੀ ਸੇਮ ਇੱਦਾਂ ਹੀ ਸੂਟ ਹੋਏਗਾ। ਤੁਹਾਡੀ ਚੋਇਸ ਹੈ ਤੁਸੀਂ ਨਾਲ ਸਲਵਾਰ ਬਣਾਉਣੀ ਆ ਜਾਂ ਫੋਟੋ ਸਟਾਈਲ ਸੇਮ ਬਣਾਉਣਾ। ਪਿਓਰ ਦੇ ਦੁਪੱਟਿਆਂ ਦੇ ਨਾਲ ਨੇ ਜਿਹੜੀ ਇਹ ਵਾਲੀ ਬੁੱਕ ਤੁਹਾਨੂੰ ਮੈਂ ਦਿਖਾ ਰਹੀ ਹਾਂ, ਨੈੱਕ 'ਤੇ ਇਹ ਵਾਲਾ ਡਿਜ਼ਾਇਨ ਆ ਜਿਹੜਾ ਨੈੱਕ 'ਤੇ ਆ, ਡਿਜ਼ਾਇਨਿੰਗ ਤਾਂ ਇੱਕ ਤੋਂ ਇੱਕ ਆ। ਜੇ ਮੈਂ ਡਿਜੀਟਲ ਪ੍ਰਿੰਟ ਖੋਲ੍ਹਾਂਗੀ ਵੀ ਤਾਂ ਵੀ ਤੁਹਾਨੂੰ ਸਮਝ ਨਹੀਂ ਆਏਗਾ, ਕਿਉਂਕਿ ਫੋਟੋ 'ਚ ਜੋ ਬਣਿਆ ਹੋਇਆ ਤੁਹਾਨੂੰ ਸੇਮ ਉਹੀ ਮਿਲੇਗਾ। ਨੈਕਸਟ ਡਿਜ਼ਾਇਨ ਦਿਖਾ ਰਹੀ ਹਾਂ, ਇਹ ਵੀ ਤੁਹਾਨੂੰ ਪਿਓਰ ਦੇ ਦੁਪੱਟੇ ਨਾਲ ਹੀ ਮਿਲੇਗਾ ਸੂਟ। ਇਹ ਨੈੱਕ 'ਤੇ ਆ ਜੀ, ਉਰੇ ਆਪਣਾ ਨੈੱਕ ਬਣ ਜਾਏਗਾ, ਬਾਕੀ ਤੁਹਾਨੂੰ ਫੋਟੋ 'ਚ ਦਿਖਾਉਂਦੇ ਹਾਂ। ਆਫ ਵਾਈਟ ਕਲਰ ਦੀ ਸਲਵਾਰ ਹੈ ਇਹਦੇ ਨਾਲ, ਅਤੇ ਹੈਗਾ ਜੀ ਪਿਓਰ ਦਾ ਦੁਪੱਟਾ। ਦੇਖੋ ਜੀ ਡਿਜ਼ਾਇਨ, ਉੱਪਰ ਤਾਂ ਨੈੱਕ 'ਤੇ ਡਾਰਕ ਡਿਜ਼ਾਇਨ ਆ ਜਾਏਗਾ, ਨੀਚੇ ਡਿਜੀਟਲ ਪ੍ਰਿੰਟਿੰਗ ਆ, ਜਿੱਦਾਂ ਹਲਕੀ ਹਲਕੀ ਲਾਈਟ ਵਿੱਚ ਸੇਮ ਇਹੀ ਡਿਜ਼ਾਇਨ ਮਿਲੇਗਾ ਤੁਹਾਨੂੰ। ਠੀਕ ਹੈ ਜੀ,
ਕਿਹੜਾ ਸੂਟ ਆ ਜਿਹੜਾ ਆਪਾਂ ਕਹਿ ਦਈਏ ਵੀ ਇਹਨੀ ਕਲਰ ਸੋਹਣਾ ਜਾਂ ਇਹਨੀ ਡਿਜ਼ਾਇਨ ਸੋਹਣਾ। ਸਟੱਫ ਤਾਂ ਬਹੁਤ ਫਾਈਨ ਆ, ਉਹ ਜਦੋਂ ਤੁਹਾਡੇ ਕੋਲ ਜਾਏਗਾ ਤੁਹਾਨੂੰ ਉਸ ਟਾਈਮ ਪਤਾ ਲੱਗ ਜਾਏਗਾ ਜੇ। ਬਹੁਤ ਸੋਹਣੇ ਸੋਹਣੇ ਜਿਹੇ ਸਟੱਫ ਨੇ। ਇਹ ਸਾਰੇ ਬਹੁਤ ਸੋਹਣੇ ਵਰਕ ਦੇ ਨਾਲ ਇਹਨੂੰ ਡਿਜ਼ਾਇਨ ਕੀਤਾ ਹੋਇਆ ਸੂਟ ਨੂੰ, ਕੁਛ ਇੱਦਾਂ ਦੀ ਡਿਜ਼ਾਇਨਿੰਗ ਆ ਪਿਓਰ ਦੇ ਦੁਪੱਟਿਆਂ ਦੇ ਨਾਲ। ਠੀਕ ਹੈ ਜੀ, ਦੇਖੋ ਕਲਰ ਪ੍ਰਿੰਟ ਇਹਨਾਂ ਦੇ। ਇਹ ਜਿਹੜਾ ਤੁਹਾਨੂੰ ਪਹਿਲਾਂ ਦਿਖਾਇਆ ਨੀਚੇ ਵਾਈਟ, ਉਹਦੇ ਵਿੱਚ ਇਹ ਬਲੈਕ ਕਲਰ ਆ। ਠੀਕ ਹੈ ਜੀ, ਨੈਕਸਟ ਦਿਖਾਉਂਦੇ ਹਾਂ ਤੁਹਾਨੂੰ। ਕੁਛ ਇੱਦਾਂ ਦੇ ਸੂਟ ਇਹ ਹੈਗਾ ਜੀ, ਨੈਕ ਦੇ ਉੱਪਰ ਸਾਰਾ ਮਸ਼ੀਨੀ ਵਰਕ, ਸੋਫਟ ਸਟੱਫ ਦੇ ਉੱਪਰ ਆ, ਪਿਓਰ ਕੋਟਨ ਵਿਦਆਊਟ ਲਾਈਨਿੰਗ ਸੂਟ। ਜਿੱਦਾਂ ਮਰਜ਼ੀ ਤੁਸੀਂ ਸੂਟ ਬਣਾ ਸਕਦੇ ਹੋ, ਪੈਂਟ ਦੇ ਨਾਲ, ਏ ਲਾਈਨ ਸਟਾਈਲ 'ਚ, ਸਟਰੇਟ ਸੂਟ, ਸਲਵਾਰ ਸੂਟ, ਉਹ ਤੁਹਾਡੀ ਚੋਇਸ ਆ। ਇਹ ਆਉਣਗੇ ਜੀ ਕੋਟਨ ਦੇ ਦੁਪੱਟਿਆਂ ਦੇ ਨਾਲ, ਇੱਦਾਂ ਲੰਮੇ ਚੌੜੇ ਜਿਹੇ ਦੁਪੱਟੇ ਨੇ ਇਹਨਾਂ ਦੇ, ਪ੍ਰਿੰਟ ਬਹੁਤ ਪਿਆਰੇ ਆ। ਅਤੇ ਬਾਕੀ ਤੁਹਾਨੂੰ ਸੂਟ ਸਾਰੇ ਫੋਟੋ 'ਚ ਦਿਖਾ ਦਾਂਗੇ। ਠੀਕ ਹੈ, ਇੱਕ ਤੁਹਾਨੂੰ ਇਹ ਸੂਟ ਮਿਲ ਜਾਏਗਾ ਜੀ, ਡਿਜ਼ਾਇਨਿੰਗ ਸਭ ਦੀ ਅਲੱਗ ਅਲੱਗ ਹੈ ਅਤੇ ਬਹੁਤ ਸੋਹਣੀ ਸੋਹਣੀ ਹੈ, ਇਹ ਸੇਮ ਡਿਜ਼ਾਇਨ 'ਚ ਆ। ਠੀਕ ਹੈ, ਅਤੇ ਇੱਕ ਡਿਜ਼ਾਇਨ ਤੁਹਾਨੂੰ ਮਿਲ ਜਾਏਗਾ ਇਹ ਵਾਲਾ ਘੇਰੇ ਦੇ ਨਾਲ, ਨੈਕ 'ਤੇ ਵੀ ਬਹੁਤ ਸੋਹਣਾ। ਇਹ ਸਾਰੇ ਹੀ ਵਰਕ ਹੈ, ਫੋਟੋ 'ਚ ਪਤਾ ਲੱਗ ਜਾਏਗਾ ਜਿਹੜਾ ਵੀ ਇਹ ਵਰਕ ਹੈ, ਸੇਮ ਇਸੇ ਸਟਾਈਲ 'ਚ ਬਣੇਗਾ ਸੂਟ। ਕੋਟਨ ਦੁਪੱਟਿਆਂ ਦੇ ਨਾਲ ਸੂਟ ਨੇ, ਇਹ ਸੇਮ ਦੇ ਵਿੱਚ ਸੈਕਿੰਡ ਕਲਰ ਆ। ਕਲਰ ਆਪਸ਼ਨ ਤਾਂ ਬਹੁਤ ਪਿਆਰੀ ਆ। ਠੀਕ ਹੈ ਜੀ, ਇਹਦੇ ਨਾਲ ਹੀ ਕੰਟਰਾਸਟ ਦੁਪੱਟਾ। ਇੱਕ ਨੈਕਸਟ ਤੁਹਾਨੂੰ ਜਿੱਦਾਂ ਟਾਈ ਐਂਡ ਡਾਈ ਹੁੰਦਾ ਇੱਦਾਂ ਦਾ ਕੁਛ ਇਹਦਾ ਸਟਾਈਲ ਆ ਸੂਟ ਦਾ, ਗ੍ਰੇ ਕਲਰ ਦਾ ਹੀ ਦੁਪੱਟਾ, ਅਤੇ ਕਲਰ ਮਿਲ ਜਾਣਗੇ ਦੋ। ਠੀਕ ਹੈ ਜੀ, 1500 ਪ੍ਰਾਈਸ ਦੇ ਨਾਲ ਆ ਵੀਡੀਓ, ਸ਼ਿਪਿੰਗ ਚਾਰਜਸ ਹੈਗੇ ਨੇ ਅਲੱਗ ਤੋਂ। ਹੁਣ ਤੁਹਾਨੂੰ ਮੈਂ ਸੂਟ ਦਿੰਦੀ ਹਾਂ, ਇਹ ਵਾਲੇ ਸੂਟ ਮੈਂ ਕਰੇਪ 'ਤੇ ਪਾਏ ਸੀਗੇ ਜੀ, ਪਿਓਰ ਕਰੇਪ 'ਤੇ। ਠੀਕ ਹੈ, ਅਤੇ ਪਿਓਰ ਕਰੇਪ ਵਾਲਾ ਹੀ ਸੇਮ ਡਿਜ਼ਾਇਨ ਅਸੀਂ ਤੁਹਾਨੂੰ ਅੱਜ ਮਸਲੀਨ 'ਤੇ ਦੇ ਰਹੇ ਹਾਂ। ਬਹੁਤ ਸੋਹਣਾ ਸੂਟ ਆ, ਇਹ ਹੈਗੀਆਂ ਨੇ ਜੀ ਇਹਦੇ ਨਾਲ ਸਲਵਾਰਾਂ, ਅਤੇ ਇਹ ਹੈਗਾ ਇਹਦਾ ਸ਼ਰਟ ਦਾ ਡਿਜ਼ਾਇਨ। ਇਹ ਮੈਂ ਸੇਮ ਪਹਿਲਾਂ ਪਿਓਰ ਕਰੇਪ 'ਤੇ ਲੈ ਕੇ ਆ ਚੁੱਕੀ ਹਾਂ ਇਹ ਵਾਲਾ ਡਿਜ਼ਾਇਨ, ਅਤੇ ਸੇਮ ਹੀ ਡਿਜ਼ਾਇਨ ਹੁਣ ਤੁਹਾਨੂੰ ਅਸੀਂ ਕੋਟਨ 'ਤੇ ਦੇ ਰਹੇ ਹਾਂ। ਕੋਟਨ ਮਸਲੀਨ ਆ ਸ਼ਰਟ ਦਾ ਸਟੱਫ ਹੈ ਜਿਹੜਾ, ਸਲਵਾਰ ਕੋਟਨ ਦੀ ਹੈ ਜੀ, ਆਰੀ ਵਰਕ ਦੇ ਨਾਲ ਹਾਈਲਾਈਟ ਆ। ਤੁਸੀਂ ਇਹਨੂੰ ਕਿਸੇ ਛੋਟੇ ਮੋਟੇ ਫੰਕਸ਼ਨ 'ਤੇ ਵੀ ਪਾ ਸਕਦੇ ਹੋ ਸੂਟ ਨੂੰ, ਅਤੇ ਪਿਓਰ ਮਸਲੀਨ ਦੇ ਇਹਨਾਂ ਦੇ ਨਾਲ ਤੁਹਾਨੂੰ ਦੁਪੱਟੇ ਮਿਲ ਜਾਣਗੇ, ਲੰਮੇ ਚੌੜੇ ਜਿਹੇ ਦੁਪੱਟੇ ਰਹਿਣਗੇ। ਠੀਕ ਹੈ, ਕਲਰ ਇਹਦੇ ਵਿੱਚ ਬਹੁਤ ਸੋਹਣੇ ਸੋਹਣੇ ਆ। ਜਿਹੜਾ ਮੇਨ ਕਲਰ ਆ ਜੀ ਨੀਚੇ ਵਾਲਾ, ਉਹਦੇ ਨਾਲ ਦੀ ਸਲਵਾਰ ਹੋਏਗੀ, ਜਿੱਦਾਂ ਇਹ ਰਸਟੀ ਆਨੀਅਨ ਜਾਂ ਸ਼ੇਡ ਆ ਜਾਂਦਾ। ਠੀਕ ਹੈ, ਇੱਕ ਕਲਰ ਤੁਹਾਨੂੰ ਇਹਦੇ ਵਿੱਚ ਫਿਰੋਜ਼ੀ ਮਿਲ ਜਾਏਗਾ, ਇਹਦੇ ਨਾਲ ਫਿਰੋਜ਼ੀ ਸਲਵਾਰ ਆ। ਇੱਕ ਆ ਜਾਏਗਾ ਜੀ ਇਹ ਗ੍ਰੀਨ ਜੇ ਟੋਨ ਦੇ ਵਿੱਚ ਆ, ਕਾਫੀ ਸਾਰੇ ਕਲਰ ਨੇ, ਅਤੇ ਇੱਕ ਇਹ 'ਚ ਡਾਰਕ ਸ਼ਰਟ ਆ ਜਾਏਗਾ।
ਜਿੱਦਾਂ ਮੈਂ ਤੁਹਾਨੂੰ ਪਹਿਲਾਂ ਇੱਕ ਸੂਟ ਖੋਲ੍ਹ ਕੇ ਦਿਖਾਇਆ, ਉਹ ਉੱਪਰੋਂ ਲਾਈਟ ਆ ਇੱਦਾਂ ਟਾਈ ਐਂਡ ਡਾਈ ਦੀ ਤਰ੍ਹਾਂ, ਠੀਕ ਹੈ, ਅਤੇ ਨੀਚੇ ਤੋਂ ਡਾਰਕ ਆ ਜਾਂਦਾ। ਇਹ ਸੂਟ ਇਕੁਅਲ ਆ ਜੀ ਸਾਰਾ ਹੀ, ਇਹਦੇ ਨਾਲ ਸੇਮ ਵੇਸ ਕਲਰ ਨਾਲ ਦੀ ਉਹ ਸਲਵਾਰ ਰਹੇਗੀ, ਠੀਕ ਹੈ। ਦੁਪੱਟੇ ਤਾਂ ਸੇਮ ਹੀ ਨੇ ਸਾਰੇ ਸੂਟਾਂ ਦੇ, ਮਸਲੀਨ ਨੇ। ਇਹ ਥੋੜ੍ਹਾ ਡਾਰਕ ਸ਼ਾਟ ਆ ਗਿਆ, ਅਤੇ ਇੱਕ ਤੁਹਾਨੂੰ ਇਹ 'ਚ ਲਾਈਟ ਦਿਖਾਇਆ, ਵਾਈਨ ਆ, ਬਲੈਕ ਆ, ਅਤੇ ਇਹ ਵਾਟਲ ਗ੍ਰੀਨ ਕਲਰ ਆ। ਇਹ ਸਾਰੇ 'ਚ 8 ਕਲਰ ਨੇ ਜੀ, ਅਤੇ ਡਿਜ਼ਾਈਨ ਇਹਦੇ ਵਿੱਚ ਤੁਹਾਨੂੰ 2 ਮਿਲ ਜਾਣਗੇ। ਨੈਕਸਟ ਫਿਰ ਤੋਂ ਕੋਟਨ ਦਾ ਸੂਟ ਦਿਖਾਉਂਦੇ ਹਾਂ, ਪਿਓਰ ਕੋਟਨ ਦਾ ਸੂਟ ਆ, 2000 ਦੀ ਰੇਂਜ ਵਾਲਾ ਸੂਟ ਆ ਜੀ। ਅਸ ਤੁਹਾਨੂੰ 1500  'ਚ ਦੇਵਾਂਗੇ। ਸਾਰਾ ਹੀ ਫਰੰਟ ਹਾਈਲਾਈਟ ਕੀਤਾ ਹੋਇਆ ਕਟਦਾਣੇ ਦੇ ਨਾਲ, ਇਹ ਸਾਰੀ ਕਟਦਾਣਾ। ਇਸ ਦੇ ਉੱਪਰ ਕੋਟਨ ਦੀ ਸਲਵਾਰ ਆ, ਇੱਕ ਵਾਰੀ ਪਾਣੀ 'ਚ ਡਿਪ ਕਰ ਦਿਉ, ਬਿਲਕੁਲ ਸੋਫਟ ਸਟਫ ਹੋ ਜਾਏਗਾ। ਇਹਦੇ ਨਾਲ ਤੁਹਾਨੂੰ ਪਿਓਰ ਦੇ ਦੁਪੱਟੇ ਮਿਲਣਗੇ, ਲੰਮੇ ਚੌੜੇ ਜਿਹੇ ਦੁਪੱਟੇ ਆ। ਕੁਛ ਇੱਦਾਂ ਦੀ ਲੁੱਕ ਹੈ ਜੀ। ਨੈਕਸਟ ਡਿਜ਼ਾਈਨ ਦਿੰਦੇ ਹਾਂ, ਸੇਮ ਦੇ ਵਿੱਚ ਹੀ ਹੈ ਕਲਰ, ਫੋਟੋ 'ਚ ਦੇਖੋ ਡਿਜ਼ਾਈਨ ਇੱਦਾਂ ਬਣੇਗਾ, ਠੀਕ ਹੈ। ਨੈਕਸਟ ਡਿਜ਼ਾਈਨ ਚੇਂਜ ਹੋ ਜਾਏਗਾ, ਇਹਨਾਂ ਦੇ ਨਾਲ ਵੀ ਪਿਓਰ ਦੇ ਦੁਪੱਟੇ ਸਾਰਿਆਂ ਦੇ ਨਾਲ ਇੱਦਾਂ ਆਏਗਾ ਜੀ। ਫੋਟੋ ਦਾ ਇਹੀ ਫਾਇਦਾ ਕਿ ਤੁਹਾਨੂੰ ਸਾਰਾ ਹੀ ਕਲਰ ਤੁਸੀਂ ਇਸ ਤੋਂ ਦੇਖ ਲਓ, ਅਤੇ ਫੋਟੋ 'ਤੇ ਤੁਸੀਂ ਦੇਖ ਲਓ ਵੀ ਇਹਦੀ ਬਣਨ ਤੋਂ ਬਾਅਦ ਲੁੱਕ ਕਿੱਦਾਂ ਆਉਂਦੀ ਆ। ਪਿਓਰ ਦੇ ਦੁਪੱਟੇ ਆ ਸਾਰੇ ਸੂਟਾਂ ਦੇ ਨਾਲ, ਬਹੁਤ ਸੋਹਣੀ ਜੀ ਵੇਲ ਜਾ ਰਹੀ ਹੈ ਉੱਪਰ ਨੂੰ, ਜਿਹੜੀ ਇਹ ਵਾਲੀ ਵੇਲ ਆ। ਇਹਦੇ ਵਿੱਚ 2 ਕਲਰ ਨੇ, ਇਹ ਲਾਈਟ ਡਾਰਕ ਦਾ ਕੰਟਰਾਸਟ ਜਿਹਾ ਬਹੁਤ ਸੋਹਣਾ, ਠੀਕ ਹੈ ਜੀ। ਇੱਕ ਸੂਟ ਹੋਰ ਤੁਹਾਨੂੰ ਮਸਲੀਨ 'ਤੇ ਦਿੰਦੇ ਹਾਂ, ਜਿੱਦਾਂ ਪਹਿਲਾਂ ਦਿੱਤਾ ਸੀਗਾ ਉੱਦਾਂ ਦਾ ਹੀ, ਇਹ ਥੋੜ੍ਹਾ ਜਿਹਾ ਪਾਰਟੀ ਵੀਅਰ 'ਚ ਆ ਜਾਂਦਾ ਜੀ। 1500 ਦੇ ਵਿੱਚ ਆ ਜੀ ਸੂਟ। ਇਹ ਹੈਗਾ ਇਹ ਸਲਵਾਰ ਦਾ ਸਟਫ, ਇਹ ਹੈਗਾ ਇਹਦਾ ਘੇਰਾ, ਆਰੀ ਵਰਕ ਦੇ ਨਾਲ ਬਹੁਤ ਸੋਹਣਾ ਘੇਰਾ ਬਣਿਆ ਹੋਇਆ, ਅਤੇ ਮਸਲੀਨ ਦੇ ਦੁਪੱਟਿਆਂ ਦੇ 1500 ਦੇ ਵਿੱਚ ਨੇ ਇਹ ਸੂਟ। ਬਲੈਕ ਕਲਰ ਆ, ਵਾਈਨ ਆ, ਅਤੇ ਵਾਟਲ ਗ੍ਰੀਨ ਆ, 4 ਕਲਰ ਨੇ, ਠੀਕ ਹੈ ਜੀ। ਅਤੇ ਇੱਕ ਨਾ ਮੇਰੇ ਕੋਲ ਸੂਟ ਨੇ ਜੀ, 4-5 ਸੂਟ ਨੇ, ਮੈਂ ਤੁਹਾਨੂੰ ਦਿਖਾ ਦਿੰਦੀ, ਅਗਰ ਕਿਸੇ ਨੂੰ ਪਸੰਦ ਹੋਏ ਤਾਂ ਇਹ ਲੈ ਸਕਦੇ ਹੋ। ਅਤੇ ਕਰੇਪ ਦਾ ਸਟੱਫ ਹੈ ਜੀ, 5 ਮੀਟਰ ਦੀ ਕਰੇਪ ਹੈ ਇਹ, ਪਾਰਟੀ ਵੀਅਰ ਸੂਟ ਨੇ। ਇੱਦਾਂ ਸਰਵੋਸਕੀ ਵਰਕ ਦੇ ਨਾਲ ਆ, ਅਤੇ ਵਿੱਚ ਘੇਰਾ ਬਣਿਆ ਹੋਇਆ ਦਾ ਬਹੁਤ ਸੋਹਣਾ ਜਿਹਾ, ਇੱਦਾਂ ਘੇਰਾ ਬਣਿਆ ਹੋਇਆ ਤਿੱਲੇ ਵਰਕ ਦੇ ਨਾਲ, ਕਟਦਾਣੀ ਦੇ ਨਾਲ, 5 ਮੀਟਰ ਦੀ ਕਰੇਪ ਹੈ ਇਹ, ਠੀਕ ਹੈ ਜੀ। ਬ੍ਰਾਂਡਡ ਪੀਸ ਨੇ ਸਾਰੇ, ਅਤੇ ਇਹਨਾਂ ਦੇ ਨਾਲ ਚਨੌਨ ਸ਼ਫੋਨ ਦੇ ਦੁਪੱਟੇ ਆ, ਚਨੌਨ ਸ਼ਫੋਨ ਦੇ ਦੁਪੱਟੇ ਆ, ਉਹ ਵੀ ਸਿਕੁਐਂਸ ਵਰਕ ਦੇ ਨਾਲ ਨੇ ਸਾਰੇ। ਇਹਨਾਂ ਦਾ 2500 ਪ੍ਰਾਈਸ ਲੱਗ ਜਾਏਗਾ, ਵੈਸੇ ਤਾਂ ਸੂਟ ਮਹਿੰਗੇ ਸੀਗੇ ਇਹ, ਇਹ ਜਸਟ ਇੱਕ ਵੀਡੀਓ 'ਚ ਕੱਢਣੇ ਆ ਜੀ ਅਸੀਂ ਸੂਟ। ਅਤੇ ਅਗਰ ਕਿਸੇ ਨੂੰ ਪਸੰਦ ਆ ਤਾਂ ਇਹ ਹੈਵੀ ਵਰਕ ਦੇ ਵਿੱਚ 2500 ਦਾ ਸੂਟ ਆ, ਕਲਰ ਇਹਦੇ ਵਿੱਚ 2-3 ਆ। ਇਹ ਗ੍ਰੇ ਆ ਜੀ, ਇਹਦਾ ਵੀ ਇੱਦਾਂ ਦੁਪੱਟੇ 'ਤੇ ਵਰਕ ਆ। ਇੱਕ ਜਿਹੜਾ ਨੀਚੇ ਤੁਹਾਨੂੰ ਗ੍ਰੀਨ ਦਿਖਾਇਆ, ਉਹਦੇ ਵਿੱਚ ਇਹ ਮਾਊਸ ਕਲਰ ਆ,
ਬ੍ਰਾਂਡਡ ਪੀਸ ਮਿਲਣਗੇ ਜੀ ਤੁਹਾਨੂੰ ਸਾਰੇ ਇਹ, ਅਤੇ ਇੱਕ ਇਹਦੇ ਵਿੱਚ ਤੁਹਾਨੂੰ ਇਹ ਰੈੱਡ ਕਲਰ ਮਿਲ ਜਾਏਗਾ, ਠੀਕ ਹੈ ਜੀ। ਇਹ ਸਾਰੇ ਸੂਟ ਤੁਹਾਨੂੰ 2500 ਦੇ ਲੱਗ ਜਾਣਗੇ, 4 ਸੂਟ ਨੇ ਇਹ, ਸ਼ਿਪਿੰਗ ਚਾਰਜਿਸ ਅਲੱਗ ਤੋਂ ਰਹਿਣਗੇ। ਹਾਂਜੀ, ਉਮੀਦ ਕਰਦੀ ਹਾਂ ਕਲੈਕਸ਼ਨ ਪਸੰਦ ਆਈ ਹੋਏਗੀ, ਕਮੈਂਟ ਕਰਕੇ ਜ਼ਰੂਰ ਦੱਸਿਓ ਸਾਰੇ ਸੂਟ ਕਿੱਦਾਂ ਲੱਗੇ। ਵੀਡੀਓ ਦੇਖਣ ਲਈ ਥੈਂਕ ਯੂ ਜੀ, ਥੈਂਕ ਯੂ ਸੋ ਮੱਚ।